ਸਤਿ ਸ਼੍ਰੀ ਅਕਾਲ ਸਟੂਡੈਂਟ ਸਟੂਡੈਂਟ ਅੱਜ ਅਸੀਂ ਨਵਾਂ ਟੋਪਿਕ ਸ਼ੁਰੂ ਕਰਨਾ ਹੈਗਾ ਬਿਜ਼ਨਸ ਫਾਈਨਾਂਸ, ਠੀਕ ਨਾ। ਯਾਨੀ ਕਿ ਬਿਜ਼ਨਸ ਫਾਈਨਾਂਸ ਦੇ ਵਿੱਚ ਆਪਾਂ ਮਤਲਬ ਕਿ ਜਿਹੜਾ ਬਿਜ਼ਨਸ ਦਾ ਫਾਈਨਾਂਸ ਹੁੰਦਾ ਨਾ, ਉਹ ਕਿਸੇ ਵੀ ਬਿਜ਼ਨਸ ਲਈ ਬਹੁਤ ਜ਼ਿਆਦਾ ਜ਼ਰੂਰੀ ਆ, ਠੀਕ ਨਾ। ਕਿਉਂਕਿ ਬੇਟਾ ਕੋਈ ਵੀ ਬਿਜ਼ਨਸ ਆ, ਜਿਸ ਵੀ ਟਾਈਪ ਦਾ ਹੈਗਾ, ਚਾਹੇ ਮੈਨੂਫੈਕਚਰਿੰਗ ਦਾ, ਚਾਹੇ ਟ੍ਰੇਡਿੰਗ ਦਾ ਆ, ਠੀਕ ਨਾ, ਚਾਹੇ ਮਾਰਕੀਟਿੰਗ ਦਾ, ਉਹ ਬਿਨਾਂ ਆਪਾਂ ਬਿਜ਼ਨਸ ਤੋਂ ਨਹੀਂ ਕਰ ਸਕਦੇ। ਕਿਉਂਕਿ ਕਿਆ ਬੇਟਾ, ਜਿਹੜਾ ਵੀ ਬਿਜ਼ਨਸ ਹੈਗਾ ਆ, ਉਹਦੇ ਵਿੱਚ ਜੋ ਵੀ ਐਕਟੀਵਿਟੀ ਕਰਨੀ, ਉਹਦੇ ਪੈਸੇ ਦੀ ਤਾਂ ਲੋੜ ਹੈਗੀ ਆ, ਠੀਕ ਨਾ। ਬਿਨਾਂ ਪੈਸੇ ਤੋਂ ਆਪਾਂ ਕੋਈ ਕੰਮ ਥੋੜ੍ਹੀ ਕਰ ਸਕਦੇ ਹਾਂ। ਜੇ ਆਪਾਂ ਲੇਬਰ ਵੀ ਰੱਖਣੀ, ਮਸ਼ੀਨਰੀ ਵੀ ਪਰਚੇਜ ਕਰਨੀ, ਉਹਦਾ ਸਾਰਿਆਂ ਨੇ ਕੀ ਕਰਨਾ ਜੀ, ਪੈਸੇ ਦੀ ਸਾਨੂੰ ਲੋੜ ਹੈਗੀ ਆ, ਠੀਕ ਨਾ। ਕਿ ਮਤਲਬ ਕਿਹਾ ਜੀ ਕਿ ਜਿਹੜੀ ਮਤਲਬ ਬਿਜ਼ਨਸ ਫਾਈਨਾਂਸ ਆ, ਕਿਸੇ ਵੀ ਬਿਜ਼ਨਸ ਦੀ ਉਹ ਬੇਸਿਕ ਰਿਕੁਆਇਰਮੈਂਟ ਆ, ਠੀਕ ਨਾ। ਅਤੇ ਪਲੱਸ ਕਿਹਾ ਜੀ ਕਿ ਬਿਨਾਂ ਫਾਈਨਾਂਸ ਤੋਂ ਅਸੀਂ ਕੋਈ ਵੀ ਐਕਟੀਵਿਟੀ, ਠੀਕ ਨਾ, ਪਰਫੋਰਮ ਨਹੀਂ ਕਰ ਸਕਦੇ। ਬਿਜ਼ਨਸ ਦੇ ਵਿੱਚ ਕੋਈ ਵੀ ਐਕਟੀਵਿਟੀ ਪਰਫੋਰਮ ਨਹੀਂ ਕਰ ਸਕਦੇ, ਠੀਕ ਨਾ। ਕਿਸੇ ਵੀ ਐਕਟੀਵਿਟੀ ਦੇ ਲਈ ਫਾਈਨਾਂਸ ਸਾਡਾ ਕਿਹਾ ਜੀ ਬਹੁਤ ਜ਼ਰੂਰੀ ਆ, ਠੀਕ ਨਾ। ਕਿ ਮਤਲਬ ਕਿਹਾ ਜੀ ਜੋ ਵੀ ਸਾਡਾ ਮਤਲਬ ਪੈਸਾ ਹੈਗਾ, ਜੇ ਵੀ ਆਪਾਂ ਮੰਨ ਲਓ ਕਿਹਾ ਜੀ ਫੋਰ ਐਗਜ਼ਾਮਪਲ ਬਿਜ਼ਨਸ ਸਟਾਰਟ ਵੀ ਕਰਨਾ ਆ, ਜੇ ਆਪਾਂ ਮਸ਼ੀਨਰੀ ਖਰੀਦਣੀ, ਕੁਛ ਵੀ ਕਰਨਾ ਆ, ਉਹ ਆਪਾਂ ਕਹਿੰਦਾ ਕਰਨਾ ਹੈਗਾ ਜੀ ਪੈਸੇ ਨਾਲ। ਔਰ ਜਿਹੜਾ ਪੈਸਾ ਲੱਗਣਾ ਆ, ਉਹ ਸਾਡਾ ਕੀ ਹੋਣਾ ਹੈਗਾ ਜੀ, ਬਿਜ਼ਨਸ ਫਾਈਨਾਂਸ, ਠੀਕ ਨਾ। ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਫਾਈਨਾਂਸ ਕਹਿ ਦਿੰਦੇ ਹਾਂ, ਠੀਕ ਨਾ। ਇਸੇ ਕਰਕੇ ਬੇਟਾ ਜਿੱਦਾਂ ਹਿਊਮਨ ਲਾਈਫ ਦੇ ਵਿੱਚ ਨਾ ਬਲੱਡ ਜਿਹੜਾ ਹੁੰਦਾ ਆ, ਬੋਡੀ ਲਈ ਬਹੁਤ ਜ਼ਰੂਰ ਆ, ਇਸੇ ਤਰ੍ਹਾਂ ਕੀ ਕਹਿੰਦੇ, ਜਿਹੜਾ ਫਾਈਨਾਂਸ ਆ ਨਾ, ਉਹ ਬਿਜ਼ਨਸ ਦਾ ਕਿਹਾ ਜੀ ਬਲੱਡ ਹੁੰਦਾ, ਠੀਕ ਨਾ। ਬਿਨਾਂ ਕਹਿੰਦੇ ਤਾਂ ਕਹਿੰਦਾ ਫਾਈਨਾਂਸ ਇਜ਼ ਦੀ ਲਾਈਫ ਬਲੱਡ ਓਫ ਇਹ ਬਿਜ਼ਨਸ, ਠੀਕ ਨਾ। ਕਿ ਪਲੱਸ ਕਹਿ ਜੀ ਕਿ ਜਿਹੜਾ ਫਾਈਨਾਂਸ ਹੁੰਦਾ ਆ, ਉਹ ਬਿਜ਼ਨਸ ਦਾ ਕੀ ਹੁੰਦਾ ਜੀ, ਬਲੱਡ ਹੁੰਦਾ ਹੈ। ਜਿੱਦਾਂ ਸਾਡੀ ਹਿਊਮਨ ਬੋਡੀ ਦੇ ਵਿੱਚ ਅਸੀਂ ਕੀ ਕਰਦੇ ਹਾਂ ਜੀ, ਬਲੱਡ ਹੁੰਦਾ, ਖੂਨ ਦੌੜਦਾ ਨਾ, ਉਹਦੇ ਬੇਸ 'ਤੇ ਸਾਰਾ ਕੁਝ ਚੱਲਦਾ ਆ। ਇਸੇ ਤਰ੍ਹਾਂ ਜਿਹੜਾ ਮਤਲਬ ਬਿਜ਼ਨਸ ਹੁੰਦਾ ਆ, ਉਹਦੇ ਵਿੱਚ ਜਿਹੜਾ ਫਾਈਨਾਂਸ ਹੁੰਦਾ ਆ, ਉਹ ਕੀ ਕਰਦਾ ਹੈਗਾ ਜੀ, ਬਲੱਡ ਦਾ ਕੰਮ ਕਰਦਾ ਹੈ, ਠੀਕ ਨਾ। ਬਿਨਾਂ ਫਾਈਨਾਂਸ ਤੋਂ ਬਿਜ਼ਨਸ ਵੀ ਨਹੀਂ ਪਰਫੋਰਮ ਚੱਲ ਸਕਦਾ, ਠੀਕ ਨਾ। ਜੇ ਸਾਡੇ ਕੋਲ ਫਾਈਨਾਂਸ ਹੈ ਨਹੀਂ ਗਿਆ ਨਾ, ਤਾਂ ਬਿਜ਼ਨਸ ਸਾਡਾ ਦੂਸਰੇ ਦਿਨ ਹੀ ਕੀ ਹੋ ਜਾਣਾ ਜੀ, ਬੰਦ ਹੋ ਜਾਣਾ। ਜਿੱਦਾਂ ਬੇਟਾ ਆਪਾਂ ਕਹਿ ਸਕਦੇ ਹਾਂ, ਮਤਲਬ ਮੀਨਿੰਗ ਦੇ ਵਿੱਚ ਕਿਹਾ ਜੀ, ਕਹਿੰਦਾ ਮਨੀ ਯੂਜ ਬਾਏ ਦੀ ਬਿਜ਼ਨਸ ਫੋਰ ਕੈਰਿੰਗ ਆਊਟ ਆਲ ਦੀ ਬਿਜ਼ਨਸ ਐਕਟੀਵਿਟੀ ਇਜ਼ ਕਾਲਡ ਐਜ ਏ ਬਿਜ਼ਨਸ ਫਾਈਨਾਂਸ। ਯਾਨੀ ਕਿ ਕਿਹਾ ਬੇਟਾ, ਬਿਜ਼ਨਸ ਦੇ ਵਿੱਚ ਜਿਹੜਾ ਬਿਜ਼ਨਸਮੈਨ ਜਿੰਨੀਆਂ ਵੀ ਐਕਟੀਵਿਟੀਆਂ ਚਲਾਉਣ ਲਈ ਜਿਹੜੀ ਮਨੀ ਦਾ ਯੂਜ ਕਰਦਾ ਆ, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ ਜੀ, ਬਿਜ਼ਨਸ ਫਾਈਨਾਂਸ, ਠੀਕ ਨਾ। ਮਜ਼ਦੂਰਾਂ ਨੂੰ ਮਜ਼ਦੂਰੀ ਦੇਣ ਲਈ ਜਿਹੜਾ ਆਪਾਂ ਪੈਸਾ ਵਰਤਿਆ, ਉਹ ਸਾਡਾ ਫਾਈਨਾਂਸ ਆ। ਮਸ਼ੀਨਰੀ ਖਰੀਦਣ ਲਈ ਜਿਹੜਾ ਪੈਸਾ ਵਰਤਿਆ, ਉਹ ਸਾਡਾ ਕਿਹਾ ਜੀ ਫਾਈਨਾਂਸ ਆ, ਠੀਕ ਨਾ। ਕਿ ਬਿਜ਼ਨਸਮੈਨ ਦੁਆਰਾ ਕਿ ਜਿੰਨੀਆਂ ਵੀ ਜਿਹੜੀਆਂ ਵੀ ਐਕਟੀਵਿਟੀਆਂ ਹੈਗੀਆਂ ਬਿਜ਼ਨਸ ਦੇ ਵਿੱਚ, ਉਹਨਾਂ ਸਾਰੀਆਂ ਨੂੰ ਪਰਫੋਰਮ ਕਰਨ ਦੇ ਲਈ ਜਿਹੜਾ ਉਹਦੇ ਦੁਆਰਾ ਪੈਸਾ ਵਰਤਿਆ ਜਾਂਦਾ ਆ, ਉਹਨੂੰ ਹੀ ਅਸੀਂ ਕੀ ਕਹਿੰਦੇ ਹਾਂ, ਬਿਜ਼ਨਸ ਫਾਈਨਾਂਸ, ਠੀਕ ਨਾ। ਕਿਉਂਕਿ ਬੇਟਾ ਜਿਹੜੀ ਵੀ ਐਕਟੀਵਿਟੀ ਕਰਨੀ ਆ, ਉਹਦੇ ਪੈਸਾ ਤਾਂ ਸਾਡਾ ਲੱਗਣਾ ਹੀ ਆ, ਠੀਕ ਨਾ। ਉਹ ਸਾਡਾ ਕਿਆ ਹੋਣਾ ਜੀ, ਬਿਜ਼ਨਸ ਫਾਈਨਾਂਸ। ਅੱਗੇ ਬੇਟਾ ਹੈਗਾ ਸਾਡੇ ਕੋਲ ਇਹਦੇ ਵਿੱਚ ਫਾਈਨੈਂਸ਼ੀਅਲ ਮੈਨੇਜਮੈਂਟ। ਫਾਈਨੈਂਸ਼ੀਅਲ ਕਹਿ ਜੀ ਮੈਨੇਜਮੈਂਟ। ਮੈਨੇਜਮੈਂਟ ਦਾ ਬੇਟਾ ਬੇਟਾ ਤੁਹਾਨੂੰ ਪਤਾ ਆ ਕਿ ਹਰੇਕ ਚੀਜ਼ ਨੂੰ ਕੀ ਕਰਨਾ ਹੈਗਾ ਜੀ, ਮੈਨੇਜ ਕਰਨਾ। ਹਰੇਕ ਚੀਜ਼ ਨੂੰ ਕਿਹਾ ਜੀ, ਮੈਨੇਜ ਕਰਨਾ। ਇਸ ਤਰ੍ਹਾਂ ਹੀ ਜਿਹੜੀ ਫਾਈਨੈਂਸ਼ੀਅਲ ਮੈਨੇਜਮੈਂਟ ਆ, ਫਾਈਨੈਂਸ਼ੀਅਲ ਮੈਨੇਜਮੈਂਟ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਹੜਾ ਸਾਡੇ ਕੋਲ ਫਾਈਨਾਂਸ ਹੁੰਦਾ ਆ, ਜਿਹੜਾ ਸਾਡੇ ਕੋਲ ਕਿਆ ਹੁੰਦਾ ਜੀ, ਫਾਈਨਾਂਸ ਹੁੰਦਾ ਆ, ਉਹਨੂੰ ਆਪਾਂ ਮੈਨੇਜ ਕਰਦੇ ਹਾਂ, ਉਹਨੂੰ ਆਪਾਂ ਕੀ ਕਰਦੇ ਹਾਂ ਹੈਗਾ ਜੀ, ਮੈਨੇਜ, ਠੀਕ ਨਾ। ਜੇ ਲਿਖਿਆ ਨਾ, ਉਹਨਾਂ ਕਹਿੰਦਾ ਫਾਈਨੈਂਸ਼ੀਅਲ ਮੈਨੇਜਮੈਂਟ ਮੀਨਸ ਮੈਨੇਜਿੰਗ ਦੀ ਫਾਈਨਾਂਸ ਆਫ ਦੀ ਬਿਜ਼ਨਸ, ਠੀਕ ਨਾ। ਕਿ ਫਾਈਨੈਂਸ਼ੀਅਲ ਮੈਨੇਜਮੈਂਟ ਦਾ ਮਤਲਬ ਕੀ ਹੁੰਦਾ ਆ, ਕਿ ਜਿਹੜਾ ਸਾਡਾ ਬਿਜ਼ਨਸ ਦਾ ਫਾਈਨਾਂਸ ਆ, ਉਹਨੂੰ ਕੀ ਕਰਨਾ ਹੈਗਾ ਜੀ, ਆਪਾਂ ਮੈਨੇਜ ਕਰਨਾ, ਠੀਕ ਨਾ। ਮੈਨੇਜ ਕਰਨੇ ਤੋਂ ਬਾਅਦ ਤੁਹਾਨੂੰ ਕਿਹਾ ਜੀ ਬੇਟਾ, ਆਪਾਂ ਤਿੰਨ ਐਕਟੀਵਿਟੀ ਦੇ ਵਿੱਚ ਲੈਂਦੇ ਹਾਂ। ਪਹਿਲੇ ਨੰਬਰ 'ਤੇ ਬਾਈ ਐਫੀਸ਼ੈਂਟ ਐਕੁਜੀਸ਼ਨ ਆਫ ਫਾਈਨਾਂਸ, ਦੂਜੇ ਨੰਬਰ 'ਤੇ ਬਾਈ ਐਫੀਸ਼ੈਂਟ ਯੂਟੀਲਾਈਜੇਸ਼ਨ ਆਫ ਫਾਈਨਾਂਸ, ਤੀਜੇ ਨੰਬਰ 'ਤੇ ਬਾਈ ਐਫੀਸ਼ੈਂਟ ਡਿਸਟ੍ਰੀਬਿਊਸ਼ਨ ਆਫ ਫਾਈਨਾਂਸ, ਠੀਕ ਨਾ। ਕਿ ਮਤਲਬ ਕਿਹਾ ਜੀ, ਮੈਨੇਜ ਕਰਨੇ ਦਾ ਮਤਲਬ ਆ, ਪਹਿਲੇ ਨੰਬਰ 'ਤੇ ਹੈਗਾ ਜੀ ਐਕੁਜੀਸ਼ਨ ਆਫ ਫਾਈਨਾਂਸ, ਇਹਦਾ ਮਤਲਬ ਹੈਗਾ ਕਿ ਬੇਟਾ ਮਤਲਬ ਆਪਾਂ ਫਾਈਨਾਂਸ ਲੈਣਾ ਕਿੱਥੋਂ ਆ, ਜਿਹੜਾ ਸਾਨੂੰ ਪੈਸਾ ਚਾਹੀਦਾ ਹੈ ਨਾ ਬਿਜ਼ਨਸ ਦੇ ਵਿੱਚ, ਉਹ ਵਾਲਾ ਆਪਾਂ ਕਿੱਥੋਂ ਪ੍ਰਾਪਤ ਕਰਨਾ ਆ, ਕਿੱਥੋਂ ਮਤਲਬ ਕਹਿ ਜੀ ਉਹਦੇ ਰਿਸੋਰਸਸ ਕਿਹੜੇ ਹੋਣੇ ਆ, ਠੀਕ ਨਾ। ਅਤੇ ਐਕੁਜੀਸ਼ਨ ਦੇ ਵਿੱਚ ਬੇਟਾ ਇਹੀ ਮੈਨੇਜ ਕਰਨਾ ਹੁੰਦਾ ਕਿ ਜਿਹੜਾ ਫਾਈਨਾਂਸ ਆਪਾਂ ਕਿਹਾ ਜੀ ਲਈਏ, ਉਹ ਆਪਾਂ ਕਿਹਾ ਜੀ ਸਭ ਤੋਂ ਜਿਹੜੇ ਮਤਲਬ ਕਿਹਾ ਜੀ ਬੈਸਟ, ਸਭ ਤੋਂ ਸਸਤਾ ਸੋਰਸਸ ਆ, ਉੱਥੋਂ ਲਈਏ, ਠੀਕ ਹੈ। ਜਿਹਦੇ ਵਿੱਚ ਸਾਡਾ ਕਿਹਾ ਜੀ ਰਿਸਕ ਕੀ ਹੋਵੇ ਜੀ, ਘੱਟ ਹੋਵੇ। ਜਿੱਦਾਂ ਹੁਣ ਮੰਨ ਲਓ ਫਾਈਨਾਂਸ ਕਿਹਾ ਜੀ, ਤੁਸੀਂ ਘਰੋਂ ਵੀ ਪੈਸਾ ਭਰ ਸਕਦੇ ਹੋ, ਬੈਂਕ ਤੋਂ ਲੋਨ ਵੀ ਲੈ ਸਕਦੇ ਹਾਂ। ਤੁਸੀਂ ਦੇਖਣਾ ਕਿ ਮੰਨ ਲਓ ਆਪਾਂ ਕਿਹੜਾ ਬੈਸਟ ਤਰੀਕਾ ਜਿੱਥੋਂ ਆਪਾਂ ਫਾਈਨਾਂਸ ਨੂੰ ਕਿਹਾ ਜੀ ਇਕੁਆਇਰ ਕਰਨਾ, ਕਿੱਥੋਂ ਪੈਸਾ ਆਪਾਂ ਲੈਣਾ। ਦੂਜੇ ਨੰਬਰ 'ਤੇ ਯੂਟੀਲਾਈਜੇਸ਼ਨ ਆ, ਕਿ ਜਿਹੜਾ ਪੈਸਾ ਆਪਾਂ ਕਲੈਕਟ ਕੀਤਾ ਉਹਦਾ ਯੂਟੀਲਾਈਜ਼ ਕਰਨਾ, ਉਹ ਇਨਵੈਸਟ ਕਿੱਥੇ ਕਰਨਾ, ਜਿੱਥੇ ਸਾਨੂੰ ਕੀ ਆਵੇ ਜੀ ਆਊਟਪੁੱਟ ਵੱਧ ਤੋਂ ਵੱਧ ਆਵੇ, ਠੀਕ ਨਾ। ਕਿ ਜੇ ਆਪਾਂ ਬੈਂਕ ਤੋਂ 10% ਇੰਟਰਸਟ 'ਤੇ ਲੋਨ ਲੈ ਕੇ ਲੈ ਲਿਆ ਆ, ਉਹਨੂੰ ਆਪਾਂ ਇੱਦਾਂ ਦੀ ਜਗ੍ਹਾ ਇਨਵੈਸਟਮੈਂਟ ਕਰਨਾ ਆ ਜਿੱਥੇ ਆਪਾਂ 10% ਜੀ ਉਹਦਾ ਇੰਟਰਸਟ ਦੇ ਰਹੇ ਹਾਂ ਨਾ, ਉਹ ਤੋਂ ਸਾਨੂੰ ਕਿਹਾ ਜੀ ਐਕਸਟਰਾ ਕੀ ਹੋਵੇ ਜੀ ਆਊਟਪੁੱਟ ਆਵੇ। ਜੇ ਆਪਾਂ 10% ਉਹਦਾ
ਕੋਸਟ ਦੇ ਰਹੇ ਹਾਂ ਤਾਂ ਸਾਨੂੰ ਕੀ ਆਵੇ ਜੀ 15% ਆ, ਠੀਕ ਨਾ। ਇਹ ਸੀਗਾ ਕਿ ਉਹਦਾ ਯੂਟੀਲਾਈਜ਼ ਕਿੱਦਾਂ ਕਰਨਾ ਪੈਸੇ ਦਾ, ਕਿੱਥੇ ਪੈਸਾ ਆਪਾਂ ਉਹ ਇਨਵੈਸਟ ਕਰਨਾ। ਅੱਗੇ ਬੇਟਾ ਹੈਗਾ ਐਫੀਸ਼ੀਐਂਟ ਡਿਸਟ੍ਰੀਬਿਊਸ਼ਨ ਆਫ ਸਰਪਲਸ। ਹੁਣ ਬੇਟਾ ਮੰਨ ਲਓ ਕਿਹਾ ਜੀ ਕਿ ਅਸੀਂ ਪੈਸਾ ਲਿਆ ਸੀਗਾ ਕਿੰਨੇ 'ਤੇ ਜੀ 10% 'ਤੇ, ਖਰਚਾ ਉਹਦਾ 10% ਆ ਅਤੇ ਪਲੱਸ ਸਾਨੂੰ ਰਿਟਰਨ ਆ ਗਿਆ 15%। ਜਿਹੜਾ ਬੇਟਾ 5% ਆ ਨਾ, ਉਹ 5% ਨੂੰ ਅਸੀਂ ਡਿਸਟ੍ਰੀਬਿਊਟ ਕਿੱਦਾਂ ਕਰਨਾ, ਠੀਕ ਨਾ। ਜਿਹੜਾ ਸਾਨੂੰ ਪ੍ਰੋਫਿਟ ਹੋਇਆ ਉਹਨੂੰ ਕਹਿ ਜੀ ਆਪਾਂ ਡਿਸਟ੍ਰੀਬਿਊਟ ਕਿੱਦਾਂ ਕਰਨਾ, ਇਹ ਸਾਰਾ ਬੇਟਾ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਵੀ ਦੇਖਿਆ ਜਾਂਦਾ, ਠੀਕ ਨਾ। ਉਹ ਤੋਂ ਬੇਟਾ ਇਸ ਕਰਕੇ ਆਪਾਂ ਕੀ ਕਹਿ ਸਕਦੇ ਹਾਂ ਕਿ ਫਾਈਨੈਂਸ਼ੀਅਲ ਮੈਨੇਜਮੈਂਟ ਕੀ ਹੈ, ਫਾਈਨੈਂਸ਼ੀਅਲ ਮੈਨੇਜਮੈਂਟ ਰੈਫਰਡ ਟੂ ਮੈਨੇਜਿੰਗ ਦੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਆਫ ਏ ਬਿਜਨਸ ਬਾਈ ਐਕੁਆਇਰਿੰਗ, ਠੀਕ ਆ, ਪ੍ਰੋਸੈਸਿੰਗ ਯੂਟੀਲਾਈਜੇਸ਼ਨ ਐਂਡ ਫਾਈਨਾਂਸ ਇਨ ਐਫੀਸ਼ੀਐਂਟ ਵੀ, ਠੀਕ ਨਾ। ਕਿ ਪਲੱਸ ਕਿਹਾ ਜੀ ਫਾਈਨੈਂਸ਼ੀਅਲ ਮੈਨੇਜਮੈਂਟ ਕੀ ਆ ਕਿ ਜਿਹੜੀ ਫਾਈਨੈਂਸ਼ੀਅਲ ਸਾਡੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਆ, ਠੀਕ ਆ, ਉਹਨੂੰ ਮੈਨੇਜ ਕਰਨਾ, ਠੀਕ ਨਾ ਜੀ। ਕਿੱਦਾਂ ਜੀ, ਜਿਹੜੇ ਉੱਪਰ 3 ਮੈਥਡ ਦੱਸੇ ਆ ਉਹਨਾਂ ਦਾ। ਅੱਗੇ ਬੇਟਾ ਸਾਡੇ ਕੋਲ ਹੈਗਾ ਇਹਦੇ ਵਿੱਚ ਜੀ ਓਬਜੈਕਟਿਵਸ ਆਫ ਫਾਈਨੈਂਸ਼ੀਅਲ ਮੈਨੇਜਮੈਂਟ। ਓਬਜੈਕਟਿਵ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਵਿੱਚ ਹੈਗਾ ਬੇਟਾ, ਮਤਲਬ ਕਿਹਾ ਜੀ ਕਿ ਜਿਹੜਾ ਮਤਲਬ ਆਪਾਂ ਜੋ ਵੀ ਫਾਈਨਾਂਸ ਦੀ ਮੈਨੇਜਮੈਂਟ ਕਰਦੇ ਹਾਂ ਉਹਦੇ ਸਾਡੇ ਉਦੇਸ਼ ਕੀ ਹੁੰਦੇ ਆ, ਠੀਕ ਹੈ ਨਾ। ਯਾਨੀ ਕਿ ਜਿੱਦਾਂ ਆਪਾਂ ਕਹਿ ਜੀ ਮੈਨੇਜਮੈਂਟ ਦੀ ਪਲੱਸ ਫਾਈਨਾਂਸ ਦੀ ਕੀ ਕਰਦੇ ਹਾਂ, ਉਹਨੂੰ ਪ੍ਰੋਪਰ ਯੂਟੀਲਾਈਜ਼ ਨਾਲ ਮੈਨੇਜ ਕਰਨਾ ਕਿ ਕਿੱਥੋਂ ਮਤਲਬ ਆਪਾਂ ਫਾਈਨਾਂਸ ਲੈਣਾ ਆ, ਕਿੱਦਾਂ ਉਹਦਾ ਕਿਹਾ ਜੀ ਯੂਜ਼ ਕਰਨਾ ਆ, ਠੀਕ ਨਾ, ਅਤੇ ਪਲੱਸ ਕਿਹਾ ਜੀ ਕਿੱਦਾਂ ਉਹਨੂੰ ਡਿਸਟ੍ਰੀਬਿਊਟ ਕਰਨਾ ਹੈ, ਠੀਕ ਨਾ। ਜਿਹਦੇ ਵਿੱਚ ਓਬਜੈਕਟਿਵ ਹੁੰਦੇ ਆ, ਸਭ ਤੋਂ ਬੇਟਾ ਪਹਿਲਾ ਨੰਬਰ ਹੈਗਾ ਸਾਡਾ ਪ੍ਰਾਇਮਰੀ ਓਬਜੈਕਟਿਵ, ਠੀਕ ਨਾ। ਜਿਹਦੇ ਵਿੱਚ ਕਿਆ ਹੁੰਦਾ ਜੀ, ਕਹਿੰਦਾ ਮੈਕਸੀਮਾਈਜ਼ ਸ਼ੇਅਰ ਹੋਲਡਰਸ ਵੈਲਥ, ਠੀਕ ਨਾ। ਕਿ ਮਤਲਬ ਕਹਿ ਜੀ ਕਿ ਜਿਹੜੀ ਸ਼ੇਅਰ ਹੋਲਡਰ ਦੀ ਵੈਲਥ ਆ ਨਾ, ਉਹਨੂੰ ਕੀ ਕਰਨਾ ਜੀ ਮੈਕਸੀਮਾਈਜ਼ ਕਰਨਾ, ਠੀਕ ਨਾ। ਕਿਉਂਕਿ ਬੇਟਾ ਜਿਹੜੇ ਸ਼ੇਅਰ ਹੋਲਡਰ ਹੁੰਦੇ ਆ ਨਾ, ਉਹ ਕਿਸੇ ਵੀ ਬਿਜਨਸ ਦੇ ਵਿੱਚ ਮੇਨ ਉਹਦੇ ਕੀ ਹੁੰਦੇ ਆ ਜੀ ਓਨਰ ਹੁੰਦੇ ਆ, ਠੀਕ ਨਾ। ਔਰ ਸ਼ੇਅਰ ਹੋਲਡਰ ਨੇ ਕੀ ਕਰਨਾ ਜੀ, ਉਹਨਾਂ ਦੀ ਵੈਲਥ ਕਦੋਂ ਇਨਕਰੀਜ਼ ਹੋਣੀ ਆ, ਜਦੋਂ ਉਹਨਾਂ ਦੇ ਸ਼ੇਅਰ ਦੀ ਵੈਲਿਊ ਵਧਣੀ ਆ। ਜਿੰਨੀ ਸ਼ੇਅਰ ਦੀ ਵੈਲਿਊ ਜ਼ਿਆਦਾ ਹੋਊਗੀ, ਉਨਾ ਕਿਹਾ ਜੀ ਸ਼ੇਅਰ ਹੋਲਡਰ ਦੀ ਵੈਲਥ ਵੀ ਕੀ ਹੋਣੀ ਆ ਜੀ ਜ਼ਿਆਦਾ ਹੋਣੀ ਆ, ਠੀਕ ਨਾ। ਔਰ ਜਿਹੜੀ ਬੇਟਾ ਸ਼ੇਅਰ ਹੋਲਡਰ ਦੀ ਵੈਲਿਊ ਆਉਣੀ ਆ, ਜਿਹੜੀ ਸ਼ੇਅਰ ਹੋਲਡਰ ਦੀ ਵੈਲਿਊ ਆਉਣੀ ਆ, ਉਹ ਕਿਤੇ ਡਿਪੈਂਡ ਕਰਨੀ ਆ ਜੀ ਬਿਜਨਸ ਦੀ ਮਤਲਬ ਮੈਨੇਜਮੈਂਟ ਦੀ, ਠੀਕ ਨਾ, ਜਿਹੜਾ ਫਾਈਨਾਂਸ ਦੀ ਮੈਨੇਜਮੈਂਟ ਆਉਣੀ। ਕਿਉਂਕਿ ਬੇਟਾ ਜਿਹੜੇ ਸ਼ੇਅਰ ਹੋਲਡਰ ਹੁੰਦੇ ਆ ਨਾ, ਉਹ ਮੇਨ ਪਰਸਨ ਹੁੰਦੇ ਆ ਜਿਹੜਾ ਬਿਜਨਸ ਦੇ ਵਿੱਚ ਪੈਸਾ ਲਾਉਂਦੇ ਆ, ਸਾਰਾ ਰਿਸਕ ਵੀ ਉਹੀ ਲੈਂਦੇ ਆ, ਠੀਕ ਨਾ। ਤਾਂ ਨੈਚੁਰਲੀ ਆ ਜੀ ਮੇਨ ਪਰਪਸ ਕੀ ਹੋਣਾ ਜੀ ਕਿ ਸ਼ੇਅਰ ਹੋਲਡਰ ਦੀ ਵੈਲਥ ਨੂੰ ਇਨਕਰੀਜ਼ ਕਰਨਾ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰਿਟਰਨ ਦੇਣਾ, ਠੀਕ ਹੈ ਨਾ। ਕਿਉਂਕਿ ਬੇਟਾ ਜਿੰਨਾ ਜ਼ਿਆਦਾ ਉਹਨਾਂ ਦਾ ਰਿਟਰਨ ਹੋਊਗਾ, ਉਨੀ ਉਹਨਾਂ ਦੀ ਕਿਹਾ ਜੀ ਮੈਕਸੀਮਾਈਜ਼ ਕੀ ਹੋਣੀ ਆ ਜੀ ਵੈਲਥ ਹੋਣੀ ਆ, ਠੀਕ ਨਾ। ਕਿਉਂਕਿ ਬੇਟਾ ਮੈਕਸੀਮਮ ਹੈਲਥ ਦੇ ਵਿੱਚ ਕੀ ਹੋਣਾ ਜੀ ਕਿ ਜੇ ਤਾਂ ਉਹਨਾਂ ਦੀ ਵੈਲਥ ਦੀ ਵੈਲਿਊ ਵੱਧਦੀ ਆ, ਤਾਂ ਫਿਰ ਸ਼ੇਅਰ ਹੋਲਡਰ ਕੀ ਕਰੂੰਗੇ ਜੀ ਗੇਨ। ਔਰ ਗੇਨ ਕਦੋਂ ਕਰਨਾ ਉਹਨਾਂ ਜੀ, ਜਦੋਂ ਉਹਨਾਂ ਦੀ ਮਾਰਕੀਟ ਵੈਲਿਊ ਸ਼ੇਅਰ ਹੋਲਡਰ ਦੀ ਕੀ ਹੋਊਗੀ ਜੀ ਜ਼ਿਆਦਾ ਹੋਊਗੀ, ਠੀਕ ਨਾ। ਸ਼ੇਅਰ ਹੋਲਡਰ ਦੀ ਮਾਰਕੀਟ ਵੈਲਿਊ ਕਿਹਾ ਜੀ ਜ਼ਿਆਦਾ ਹੋਊਗੀ। ਇਸੇ ਕਰਕੇ ਜਿਹੜਾ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਵਿੱਚ ਹੁੰਦਾ ਆ, ਇਸੇ ਕਰਕੇ ਲਈ ਜਾਂਦੀ ਆ ਕਿ ਫਾਈਨਾਂਸ ਨਾਲ ਰਿਲੇਟਡ ਉਹ ਡਿਸੀਜਨ ਲੈਣੇ ਆ ਜਿਹਨਾਂ ਦੇ ਨਾਲ ਸ਼ੇਅਰ ਹੋਲਡਰ ਦੀ ਵੈਲਿਊ ਕੀ ਹੋਵੇ ਜੀ ਇਨਕਰੀਜ਼ ਹੋਵੇ। ਸ਼ੇਅਰ ਹੋਲਡਰ ਦੇ ਜਿਹੜੇ ਸ਼ੇਅਰ ਹੋਣੇ ਆ ਨਾ, ਉਹਨਾਂ ਦੀ ਵੈਲਿਊ ਕੀ ਹੋਵੇ ਜੀ ਇਨਕਰੀਜ਼ ਹੋਵੇ, ਮੈਕਸੀਮਾਈਜ਼ ਹੋਵੇ। ਕਿਉਂਕਿ ਜਿੰਨੀ ਮਤਲਬ ਸ਼ੇਅਰ ਹੋਲਡਰ ਦੀ ਹੈ ਨਾ ਸ਼ੇਅਰ ਦੀ ਵੈਲਿਊ ਇਨਕਰੀਜ਼ ਹੋਣੀ ਆ, ਉਨਾ ਹੀ ਬੇਟਾ ਉਹਨਾਂ ਦੀ ਮਤਲਬ ਕਿਹਾ ਜੀ ਵੈਲਥ ਵਿੱਚ ਵੀ ਕੀ ਹੋਣਾ ਜੀ ਇਨਕਰੀਜ਼ ਹੋਣਾ ਆ, ਠੀਕ ਹੈ ਨਾ। ਅਤੇ ਪਲੱਸ ਕਿਹਾ ਜੀ ਬੇਟਾ ਮਤਲਬ ਡਿਸੀਜਨ ਕਿਹੜੇ ਹੋਣੇ ਆ ਕਿ ਜਿਹੜੇ ਫਾਈਨਾਂਸ ਨਾਲ ਰਿਲੇਟਡ ਡਿਸੀਜਨ ਆ, ਜਿਹੜੀ ਕਿਹਾ ਜੀ ਫਾਈਨਾਂਸ ਨਾਲ ਰਿਲੇਟਡ ਡਿਸੀਜਨ ਆ, ਉਹ ਇਸ ਤਰ੍ਹਾਂ ਲੈਣੇ ਆ ਜਿਨ੍ਹਾਂ ਦੇ ਨਾਲ ਕਿਹਾ ਜੀ ਜਿਹੜੀਆਂ ਚੀਜ਼ਾਂ ਮਤਲਬ ਕਿਹਾ ਜੀ ਸ਼ੇਅਰ ਦੀ ਵੈਲਿਊ ਨੂੰ, ਠੀਕ ਹੈ ਨਾ, ਅਫੈਕਟ ਕਰਦੀਆਂ ਆ। ਸ਼ੇਅਰ ਦੀ ਵੈਲਿਊ ਨੂੰ ਕੀ ਕਰਦੀਆਂ ਜੀ ਅਫੈਕਟ ਕਰਦੀਆਂ ਆ, ਉਹ ਚੀਜ਼ਾਂ ਕੀ ਹੋਣ ਜੀ ਜ਼ਿਆਦਾ ਤੋਂ ਜ਼ਿਆਦਾ, ਠੀਕ ਨਾ। ਕਿ ਮਤਲਬ ਕਿਹਾ ਜੀ ਇਹਦਾ ਪ੍ਰਾਇਮਰੀ ਫੰਕਸ਼ਨ ਮੈਂ ਤੁਹਾਨੂੰ ਕਹਿਤਾ ਕਿ ਸ਼ੇਅਰ ਹੋਲਡਰ ਦੀ ਵੈਲਿਊ ਨੂੰ ਕੀ ਕਰਨਾ ਹੈਗਾ ਜੀ ਇਨਕਰੀਜ਼ ਕਰਨਾ। ਔਰ ਜਿਹੜੀ ਮਤਲਬ ਕਿਹਾ ਜੀ ਸ਼ੇਅਰ ਦੀ ਵੈਲਥ ਆ, ਸ਼ੇਅਰ ਹੋਲਡਰ ਦੇ ਸ਼ੇਅਰ ਦੀ ਵੈਲਥ ਆ, ਮਤਲਬ ਉਹਦੀ ਮਾਰਕੀਟ ਵੈਲਿਊ ਆ, ਉਹ ਕਿਹਨਾਂ ਚੀਜ਼ਾਂ 'ਤੇ ਡਿਪੈਂਡ ਕਰਦੀ ਆ, ਉਹ ਅਲੱਗ ਅਲੱਗ ਚੀਜ਼ਾਂ। ਜੇ ਮਤਲਬ ਆਪਾਂ ਉਹਦੀ ਵੈਲਥ ਨੂੰ ਕਿਹਾ ਜੀ ਮੈਕਸੀਮਾਈਜੇਸ਼ਨ ਕਰਨਾ ਚਾਹੁੰਦੇ ਹਾਂ, ਉਹ ਸਾਡੇ ਕੋਲ ਕਿਹਾ ਜੀ ਮੇਨ ਕਰਕੇ ਸਾਡੇ ਕੋਲ ਆਪਾਂ 5 ਤਰ੍ਹਾਂ ਦੇ ਮਤਲਬ ਮੇਨ ਓਬਜੈਕਟਿਵ ਹੁੰਦੇ ਆ ਜਿਨ੍ਹਾਂ ਦੇ ਨਾਲ ਆਪਾਂ ਸ਼ੇਅਰ ਹੋਲਡਰ ਦੀ ਵੈਲਿਊ ਨੂੰ ਵਧਾਉਂਦੇ ਹਾਂ। ਜਿਹਦੇ ਵਿੱਚ ਪਹਿਲੇ ਨੰਬਰ 'ਤੇ ਹੈਗਾ ਜੀ ਪ੍ਰੋਫਿਟ ਮੈਕਸੀਮਾਈਜੇਸ਼ਨ, ਕਿਹਾ ਜੀ ਪ੍ਰੋਫਿਟ ਮੈਕਸੀਮਾਈਜੇਸ਼ਨ। ਯਾਨੀ ਕਿ ਕਿਹਾ ਜੀ ਆਪਾਂ ਫਾਈਨੈਂਸ਼ੀਅਲ ਫਾਈਨਾਂਸ ਮੈਨੇਜਮੈਂਟ ਦੇ ਵਿੱਚ ਇਸ ਤਰ੍ਹਾਂ ਦੇ ਸਾਰੇ ਡਿਸੀਜਨ ਲੈਣੇ ਆ ਜਿਨ੍ਹਾਂ ਦੇ ਨਾਲ ਸਾਡੇ ਜਿਹੜੀ ਮਤਲਬ ਬਿਜਨਸ ਦੀ ਅਰਨਿੰਗ ਆ, ਪ੍ਰੋਫਿਟ ਆ, ਉਹ ਕੀ ਹੋਵੇ ਜੀ ਮੈਕਸੀਮਮ ਹੋਵੇ। ਉਹ ਕੀ ਹੋਵੇ ਜੀ ਮੈਕਸੀਮਮ ਹੋਵੇ। ਕਿਉਂਕਿ ਬੇਟਾ ਸ਼ੋਰਟ ਵੀ ਜੇ ਮਤਲਬ ਕਿਹਾ ਜੀ ਸਾਡੀ ਪ੍ਰੋਫਿਟ ਅਰਨਿੰਗ ਨਹੀਂ ਹੋਊਗੀ ਤਾਂ ਪਲੱਸ ਕਿਹਾ ਜੀ ਬਿਜਨਸ ਕੀ ਹੋਊਗਾ ਜੀ ਥੋੜ੍ਹੇ ਟਾਈਮ ਲਈ ਚੱਲੂਗਾ, ਠੀਕ ਨਾ, ਕਿਲੇ ਹੋਊਗਾ ਜੀ ਸ਼ੋਰਟ ਪੀਰੀਅਡ ਲਈ ਚੱਲੂਗਾ। ਲੇਕਿਨ ਜਿਹੜੀ ਸ਼ੇਅਰ ਹੋਲਡਰ ਦੀ ਵੈਲਥ ਦੀ ਵੈਲਿਊ ਆ ਉਹ ਕਿਤੇ ਡਿਪੈਂਡ ਕਰਦੀ ਆ ਜੀ ਲੌਂਗ ਟਰਮ, ਠੀਕ ਨਾ। ਕਿ ਜਿਹੜੀ ਉਹਦੀ ਵੈਲਿਊ ਹੁੰਦੀ ਆ ਲੌਂਗ ਟਰਮ 'ਤੇ ਹੁੰਦੀ ਆ। ਇਸ ਕਰਕੇ ਕੀ ਆ ਜੀ ਉਹਨਾਂ ਦੀ ਮਤਲਬ ਕਿ ਇੱਦਾਂ ਡਿਸੀਜਨ ਲੈਣੇ
ਜਿਹਨਾਂ ਸਾਡਾ ਪ੍ਰੋਫਿਟ ਕੀ ਹੋਵੇ ਜੀ, ਮੈਕਸੀਮਾਈਜੇਸ਼ਨ। ਦੂਜੇ ਨੰਬਰ 'ਤੇ ਪੈਣਾ ਜੀ ਮੇਨਟੇਨੈਂਸ ਆਫ ਲਿਕੁਇਡਿਟੀ, ਠੀਕ ਨਾ। ਲਿਕੁਇਡਿਟੀ ਦਾ ਮਤਲਬ ਬੇਟਾ ਕੋਈ ਲਿਕੁਇਡ ਚੀਜ਼ ਤਾਂ ਨਹੀਂ, ਇਹਦਾ ਮਤਲਬ ਹੁੰਦਾ ਹੈਗਾ ਹੈ ਨਾ ਕਿ ਬਿਜ਼ਨਸ ਦੇ ਵਿੱਚ ਹਮੇਸ਼ਾ ਫੰਡ ਇੰਨੇ ਕੁ ਅਵੇਲੇਬਲ ਰਹਿਣ ਜਿਨ੍ਹਾਂ ਦੇ ਨਾਲ ਸਾਡੀਆਂ ਜਿਹੜੀਆਂ ਮਤਲਬ ਕਹਿ ਜੀ ਕਿ ਰੋਜ਼ਾਨਾ ਦੀਆਂ, ਠੀਕ ਨਾ, ਜਿਹੜੀਆਂ ਮਤਲਬ ਰਿਕੁਆਇਰਮੈਂਟਾਂ ਆ ਉਹਨਾਂ ਨੂੰ ਆਪਾਂ ਕਹਿ ਜੀ ਪੂਰਾ ਕਰ ਸਕੀਏ, ਠੀਕ ਨਾ। ਕਿ ਪਲੱਸ ਕਹਿ ਜੀ ਕੋਈ ਯਕਦਮ ਸਾਡੇ ਕੋਲ ਐਕਸਪੈਂਸਿਸ ਆ ਜਾਂਦੀ ਆ ਤਾਂ ਉਹਨੂੰ ਕਹਿ ਜੀ ਆਪਾਂ ਮਤਲਬ ਕਹਿ ਜੀ ਇੱਦਾਂ ਦੇ ਆਪਾਂ ਅਸਰ ਰੱਖਣੇ ਜਿਨ੍ਹਾਂ ਨੂੰ ਐਟ ਏ ਟਾਈਮ ਲੋੜ ਦੇ ਮੁਤਾਬਕ ਆਪਾਂ ਕੈਸ਼ ਵਿੱਚ ਕੀ ਕਰ ਸਕੀਏ ਜੀ, ਕਨਵਰਟ ਕਰ ਸਕੀਏ, ਕਿਸੇ ਤਰ੍ਹਾਂ ਦੀ ਸਾਡੇ ਕੋਲ ਕੀ ਆਵੇ ਜੀ ਫੰਡ ਦੀ ਕਮੀ ਨਾ ਆਵੇ, ਠੀਕ ਨਾ। ਕਿ ਮਤਲਬ ਹਰ ਟਾਈਮ ਜਦੋਂ ਵੀ ਸਾਨੂੰ ਮਤਲਬ ਕਿਸੇ ਐਕਸਪੈਂਸਿਸ ਦੀ ਪੈਸੇ ਦੀ ਲੋੜ ਆ ਉਹ ਪੈਸਾ ਸਾਡੇ ਕੋਲ ਕੀ ਹੋਣਾ ਜੀ ਅਵੇਲੇਬਲ ਹੋਣਾ ਚਾਹੀਦਾ ਆ। ਇਸ ਕਰਕੇ ਜੀ ਫਾਈਨੈਂਸ਼ੀਅਲ ਮੈਨ ਮੇਨ ਪਰਪਸ ਹੁੰਦਾ ਹੈਗਾ ਕਿ ਮਤਲਬ ਕਿ ਜੀ ਬਿਜ਼ਨਸ ਦੇ ਵਿੱਚ ਲਿਕੁਇਡਿਟੀ ਨੂੰ ਬਣਾਈ ਰੱਖਣਾ, ਠੀਕ ਨਾ। ਅੱਗੇ ਬੇਟਾ ਹੈਗਾ ਜੀ ਮੀਟਿੰਗ ਆਫ ਦੀ ਫਾਈਨੈਂਸ਼ੀਅਲ ਕਮਿਟਮੈਂਟ, ਕਿ ਜਿਹੜੀਆਂ ਵੀ ਸਾਡੀਆਂ ਫਾਈਨੈਂਸ਼ੀਅਲ ਕਮਿਟਮੈਂਟ ਆ, ਕਮਿਟਮੈਂਟ ਦੇ ਵਿੱਚ ਕਿਹਾ ਜੀ ਮਤਲਬ ਕਿ ਜੇ ਆਪਾਂ ਕਿਸੇ ਬੰਦੇ ਤੋਂ ਲੋਨ ਲਿਆ ਆ ਉਹਨੂੰ ਐਟ ਏ ਟਾਈਮ 'ਤੇ ਕਦੋਂ ਉਹਦਾ ਮਤਲਬ ਟਾਈਮ 'ਤੇ ਜਿਹੜਾ ਉਹਨੂੰ ਕਿਹਾ ਕਿ ਤੈਨੂੰ ਆਪਾਂ 6 ਮਹੀਨੇ ਬਾਅਦ ਲੋਨ ਵਾਪਸ ਕਰ ਦੇਣਾ ਉਹਨੂੰ ਮਤਲਬ ਕਿਹਾ ਜੀ ਲੋਨ ਆਪਾਂ ਵਾਪਸ ਕਰ ਦਈਏ। ਜੇ ਸਾਡਾ ਇਹ ਹੈਗਾ ਆ ਕਿ ਹਰ ਮਹੀਨੇ ਆਪਾਂ 5,000 ਰੁਪਏ ਇੰਟਰਸਟ ਦੇਣਾ ਆ ਤਾਂ ਆਪਾਂ ਉਹ ਇੰਟਰਸਟ ਨੂੰ ਕਿਹਾ ਜੀ ਪੇ ਕਰ ਸਕੀਏ, ਠੀਕ ਨਾ। ਮਤਲਬ ਜਿਹੜੀਆਂ ਵੀ ਸਾਡੀ ਮਤਲਬ ਕਿਹਾ ਜੀ ਐਕਸਪੈਂਸਿਸ ਹੋਣੀਆਂ ਹੈਗੀਆਂ ਆ ਉਹਨੂੰ ਐਟ ਏ ਟਾਈਮ 'ਤੇ ਅਸੀਂ ਕੀ ਕਰ ਸਕੀਏ ਜੀ ਪੇਡ ਕਰ ਸਕੀਏ। ਪਹਿਲਾਂ ਹੀ ਜਿਹੜੀਆਂ ਫਿਊਚਰ ਵਿੱਚ ਸਾਡੇ ਕੋਲ ਐਕਸਪੈਂਸਿਸ ਆ ਉਹਨਾਂ ਲਈ ਆਪਾਂ ਪਹਿਲਾਂ ਤੋਂ ਹੀ ਕੀ ਕਰਨਾ ਹੈਗਾ ਜੀ ਪ੍ਰਬੰਧ ਕਰਕੇ ਰੱਖਣਾ, ਠੀਕ ਨਾ। ਇਹ ਵੀ ਸਾਡਾ ਕੀ ਹੁੰਦਾ ਹੈਗਾ ਜੀ ਫਾਈਨੈਂਸ਼ੀਅਲ ਮੈਨੇਜਮੈਂਟ ਦਾ ਪਰਪਸ ਹੁੰਦਾ। ਕਿਉਂਕਿ ਬੇਟਾ ਜੇ ਮਤਲਬ ਕਹਿ ਜੀ ਆਪਾਂ ਐਟ ਏ ਟਾਈਮ 'ਤੇ ਸਹੀ ਟਾਈਮ 'ਤੇ ਐਕਸਪੈਂਸਿਸ ਪੇਡ ਕਰਦੇ ਹਾਂ, ਜਿਨ੍ਹਾਂ ਦੇ ਪੈਸੇ ਦੇਣੇ ਉਹਨਾਂ ਨੂੰ ਪੈਸੇ ਦਿੰਦੇ ਹਾਂ, ਉਹਦੇ ਨਾਲ ਸਾਡੀ ਬਿਜ਼ਨਸ ਦੀ ਕੀ ਹੈ ਜੀ ਗੁੱਡਵਿਲ ਵਧਣੀ। ਜਿੰਨੀ ਗੁੱਡਵਿਲ ਜ਼ਿਆਦਾ ਹੋਊਗੀ ਉਨੀ ਸਾਡੀ ਸ਼ੇਅਰ ਦੀ ਵੈਲਿਊ ਵੀ ਵਧੂਗੀ। ਉਹ ਤੋਂ ਬੇਟਾ ਅੱਗੇ ਹੈਗਾ ਜੀ ਪ੍ਰੋਪਰ ਯੂਟੀਲਾਈਜੇਸ਼ਨ ਆਫ ਫੰਡ, ਠੀਕ ਨਾ। ਕਿ ਫਾਈਨੈਂਸ਼ੀਅਲ ਮੈਨੇਜਮੈਂਟ ਦਾ ਅਗਲਾ ਪਰਪਸ ਕੀ ਹੁੰਦਾ ਕਿ ਜਿਹੜੇ ਸਾਡੇ ਕੋਲ ਫੰਡ ਹੈਗੇ ਜਿਹੜਾ ਆਪਾਂ ਫਾਈਨਾਂਸ ਇਕੱਠਾ ਕੀਤਾ ਆ ਉਹਦਾ ਪ੍ਰੋਪਰ ਯੂਟੀਲਾਈਜ਼ ਕਰਨਾ, ਠੀਕ ਨਾ। ਪ੍ਰੋਪਰ ਯੂਟੀਲਾਈਜ਼ ਦੇ ਵਿੱਚ ਕਿਹਾ ਜੀ ਕਿ ਜਿੰਨਾ ਉਹਨੂੰ ਕਿਹਾ ਜੀ ਆਪਾਂ ਵਧੀਆ ਯੂਟੀਲਾਈਜ਼ ਕਰਾਂਗੇ ਉਹ ਤੋਂ ਉਨਾ ਜ਼ਿਆਦਾ ਸਾਨੂੰ ਰਿਟਰਨ ਆਊਗਾ, ਔਰ ਜਿੰਨਾ ਜ਼ਿਆਦਾ ਰਿਟਰਨ ਆਊਗਾ ਉਨਾ ਸਾਡਾ ਪ੍ਰੋਫਿਟ ਕੀ ਹੋਣਾ ਜੀ ਜ਼ਿਆਦਾ, ਔਰ ਜੇ ਸਾਡਾ ਪ੍ਰੋਫਿਟ ਜ਼ਿਆਦਾ ਤਾਂ ਨੈਚੁਰਲੀ ਆ ਜੀ ਸਾਡੇ ਸ਼ੇਅਰ ਦੀ ਵੈਲਿਊ ਵੀ ਵਧੂਗੀ, ਠੀਕ ਨਾ। ਸਾਡੇ ਸ਼ੇਅਰ ਦੀ ਵੈਲਿਊ ਵੀ ਕੀ ਹੋਣੀ ਹੈ ਜੀ ਇਨਕਰੀਜ਼ ਹੁੰਦੀ ਆ, ਠੀਕ ਨਾ। ਕਿ ਪਲੱਸ ਕਿਹਾ ਜੀ ਕਿ ਅਸੀਂ ਉਹਨੂੰ ਇਸ ਤਰ੍ਹਾਂ ਯੂਟੀਲਾਈਜ਼ ਕਰਨਾ ਕਿ ਜਿੰਨੀ ਸਾਡੀ ਫਾਈਨਾਂਸ ਦੀ ਕੋਸਟ ਵਾ ਉਹਦੇ ਨਾਲ ਸਾਨੂੰ ਜ਼ਿਆਦਾ ਰਿਟਰਨ ਆਵੇ, ਠੀਕ ਨਾ। ਕਿ ਮਤਲਬ ਕਹਿ ਜੀ ਆਪਾਂ ਇਹਦਾ ਪ੍ਰੋਪਰ ਯੂਟੀਲਾਈਜ਼ ਕਰਨਾ ਕਿ ਜਿਹਦਾ ਮਤਲਬ ਕਹਿ ਜੀ ਫਾਈਨਾਂਸ ਸਾਡੇ ਕਹਿ ਜੀ ਵੇਸਟ ਨਾ ਜਾ, ਠੀਕ ਨਾ। ਇਹ ਬੇਟਾ ਸਾਡੇ ਮੇਨ ਪਰਪਸ ਸੀਗੇ ਕਿਹੜੇ ਜੀ ਬਿਜ਼ਨਸ ਫਾਈਨਾਂਸ ਦੇ ਓਬਜੈਕਟਿਵਸ, ਠੀਕ ਨਾ। ਹੁਣ ਇਹਨਾਂ ਬੇਟਾ ਓਬਜੈਕਟਿਵ ਦੇ ਬੇਸ 'ਤੇ ਹੀ ਸਾਡੇ ਕਹਿ ਜੀ ਜਿਹੜਾ ਫਾਈਨੈਂਸ਼ੀਅਲ ਮੈਨੇਜਮੈਂਟ ਆ ਉਹਦੇ ਕਹਿ ਜੀ ਸਾਨੂੰ ਕੁਝ ਜੀ ਕੁਝ ਬੈਨੀਫਿਟ ਆ, ਠੀਕ ਨਾ। ਉਹਦੀਆਂ ਇੰਪੋਰਟੈਂਸ ਕਹਿ ਸਕਦੇ ਹਾਂ ਬਿਜ਼ਨਸ ਸਟੱਡੀਜ਼ ਚੈਪਟਰ ਹੋਗਾ ਬਿਜ਼ਨਸ ਫਾਈਨੈਂਸ ਟੌਪਿਕ ਕਰੇਂਗੇ ਰੋਲ ਆਫ ਫਾਈਨੈਂਸ਼ੀਅਲ ਮੈਨੇਜਮੈਂਟ। ਸੋ ਫਾਈਨੈਂਸ਼ੀਅਲ ਮੈਨੇਜਮੈਂਟ ਮਤਲਬ ਪੈਸਾ ਕਹਾਂ ਸੇ ਅਰੇਂਜ ਕਰੇਂਗੇ, ਕਿਤਨਾ ਅਰੇਂਜ ਕਰੇਂਗੇ, ਕੈਸੇ ਅਰੇਂਜ ਕਰੇਂਗੇ, ਉਸਕੋ ਕੈਸੇ ਯੂਜ਼ ਕਰੇਂਗੇ, ਠੀਕ ਹੈ। ਇਹ ਸਭੀ ਹੋਤਾ ਫਾਈਨੈਂਸ਼ੀਅਲ ਮੈਨੇਜਮੈਂਟ। ਸੋ ਆਗੇ ਪੜ੍ਹਤੇ ਹੈਂ ਇਸਕਾ ਰੋਲ, ਕੰਟੀਨਿਊ ਕਰਤੇ ਹੈਂ ਆਪਣਾ ਵੀਡੀਓ। ਆਲ ਦਾ ਫਾਈਨੈਂਸ਼ੀਅਲ ਸਟੇਟਮੈਂਟਸ ਆਫ ਫਾਈਨੈਂਸ਼ੀਅਲ ਐਕਟੀਵਿਟੀਜ਼ ਆਰ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਨਫਲੂਐਂਸਡ ਬਾਈ ਦਾ ਫਾਈਨੈਂਸ਼ੀਅਲ ਮੈਨੇਜਮੈਂਟ ਡਿਸੀਜਨਸ। ਇਹ ਲਾਈਨ ਬੋਲ ਰਹੀ ਹੈ ਕਿ ਫਾਈਨੈਂਸ਼ੀਅਲ ਮੈਨੇਜਮੈਂਟ ਮੇਂ ਹਮ ਜੋ ਵੀ ਡਿਸੀਜਨ ਲੇਤੇ ਹੈ ਉਸਕਾ ਕਿਸ ਚੀਜ਼ ਪਰ ਫਰਕ ਪੜਤਾ ਹੈ ਹਮਾਰੀ ਫਾਈਨੈਂਸ਼ੀਅਲ ਸਟੇਟਮੈਂਟਸ ਪਰ ਯਾ ਹਮਾਰੀ ਫਾਈਨੈਂਸ਼ੀਅਲ ਐਕਟੀਵਿਟੀਜ਼ ਪਰ। ਮਤਲਬ ਸਭ ਚੀਜ਼ੇ ਇਫੈਕਟਿਡ ਹੋਤੀ ਹੈ ਫਾਈਨੈਂਸ਼ੀਅਲ ਮੈਨੇਜਮੈਂਟ ਕੇ ਡਿਸੀਜਨ ਸੇ। ਫਾਈਨੈਂਸ਼ੀਅਲ ਸਟੇਟਮੈਂਟਸ ਆਪ ਹੀ ਹੋਤੀ ਹੈ ਜੈਸੇ ਕਿ ਬੈਲੈਂਸ ਸ਼ੀਟ, ਪ੍ਰੋਫਿਟ ਐਂਡ ਲੋਸ ਅਕਾਊਂਟ। ਸੋ ਕੁਛ ਐਗਜ਼ਾਮਪਲਸ ਔਰ ਏਰੀਆਜ਼ ਮੈਨੇ ਯਹਾਂ ਮੈਂਸ਼ਨ ਕੀਏ ਹੈ ਜਿਨ ਪੇ ਕੀ ਇਫੈਕਟ ਪੜਤਾ ਹੈ ਫਾਈਨੈਂਸ਼ੀਅਲ ਮੈਨੇਜਮੈਂਟ ਡਿਸੀਜਨ ਸੇ। ਯਾਨੀ ਰੋਲ ਕਾ ਮਤਲਬ ਇਧਰ ਹੈ ਕਿਆ, ਰੋਲ ਕਾ ਮਤਲਬ ਸਿਰਫ ਯਹੀ ਹੈ ਕਿ ਫਾਈਨੈਂਸ਼ੀਅਲ ਮੈਨੇਜਮੈਂਟ ਮੇਂ ਜੋ ਡਿਸੀਜਨ ਲੇਤੇ ਹੈ ਉਸਕਾ ਇਫੈਕਟ ਕਿਨ ਕਿਨ ਚੀਜ਼ੋਂ ਪੇ ਪੜਤਾ ਹੈ, ਬਸ ਹਮ ਯੇ ਪੜ੍ਹੇਂਗੇ ਆਪਕੇ ਕਲਾਸ 12 ਕੇ ਸਿਲੇਬਸ ਕੇ ਅਕੋਰਡਿੰਗ। ਸੋ ਸਟਾਰਟ ਕਰਤੇ ਹੈਂ ਆਪਣਾ ਫਸਟ ਪੁਆਇੰਟ। तो साइज एंड कॉम्पोजिशन ऑफ फिक्स्ड एसेट्स, यानी अगर हम फाइनेंशियल मैनेजमेंट में कोई भी डिसीजन लेते हैं तो उसका फिक्स्ड एसेट्स पर काफी इफेक्ट पड़ता है। कैसे कि फिक्स्ड एसेट्स कितने आएंगे और कितने नहीं आएंगे देखते हैं। साइज एंड कॉम्पोजिशन ऑफ फिक्स्ड एसेट्स इज डायरेक्टली डिपेंडेंट ऑन द इन्वेस्टमेंट डिसीजन। फाइनेंशियल मैनेजमेंट में एक छोटा सा डिसीजन होता है जिसका नाम होता है इन्वेस्टमेंट डिसीजन, ठीक है। इसका फर्क किस चीज पर पड़ता है कि हम कितने फिक्स्ड एसेट्स लाएंगे, कितने फिक्स्ड एसेट्स नहीं लाएंगे। अब बात ये उठती है कि इन्वेस्टमेंट डिसीजन क्या होता है। इट इज अ डिसीजन इन विच कंपनी डिसाइड्स हाउ मच कैपिटल इट इज प्लानिंग टू इन्वेस्ट इन फिक्स्ड एसेट्स। इन्वेस्टमेंट डिसीजन वो डिसीजन होता है जिसमें कि क्या डिसाइड करती है कंपनी कि भाई हम फिक्स्ड एसेट्स पर कितना पैसा फ्यूचर में खर्च करने वाले हैं। आगे पढ़ते हैं अपने सेकंड पॉइंट पर। सेकंड पॉइंट है अमाउंट एंड कंपोजिशन ऑफ फिक्स्ड एसेट्स, यानी अगर हम फाइनेंशियल मैनेजमेंट में कोई डिसीजन लेते हैं तो उसका करंट एसेट्स पर भी इफेक्ट पड़ता है। सो बस हम ये पूरे इस टॉपिक में इफेक्ट ही पढ़ने वाले हैं फाइनेंशियल मैनेजमेंट डिसीजंस के।
The amount of current assets and its division in cash, bill, receivables, inventories, etc. depend upon the financial management decision. अभी ये बात हिंदी में बोली थी कि financial management के जो decision है उनका effect current assets पर पड़ता है. Current assets वो assets होते हैं जो कि easily और बहुत जल्दी cash में convert हो जाते हैं. कैसे इफेक्ट पड़ता है हम ये देखते हैं, हम पढ़ते हैं एग्जांपल के थ्रू. सपोज इफ इट इज डिसाइडेड टू इंक्रीज फिक्स्ड एसेट्स, सपोज अभी हमने ऊपर डिसाइड किया था, इन्वेस्टमेंट डिसीजन लिया था ना यहाँ पे, तो इस इन्वेस्टमेंट डिसीजन में हमने डिसाइड किया कि हम फिक्स्ड एसेट्स पर ज्यादा पैसा खर्च करने वाले हैं फ्यूचर में. देन इट विल इंक्रीज द रिक्वायरमेंट ऑफ वर्किंग कैपिटल. अब भाई ज्यादा फिक्स्ड एसेट्स आएंगे, ज्यादा प्रोडक्शन होगी, ज्यादा रॉ मटेरियल लगेगा, तो हमें ज्यादा इन्वेंट्रीज की जरूरत पड़ेगी, है ना. तो वर्किंग कैपिटल की जरूरत यानी करंट एसेट्स की जरूरत हमें ज्यादा पड़ जाएगी. क्यों ज्यादा पड़ेगी? क्योंकि हमारे फिक्स्ड एसेट्स इंक्रीज हो गए, तो हमने हमारा इफेक्ट पड़ा ना करंट एसेट्स पर भी. अब देखते हैं और किस चीज पर इफेक्ट पड़ता है. द अमाउंट ऑफ लॉन्ग टर्म एंड शॉर्ट टर्म फाइनेंसिंग, यानी हम जब पैसा थ्रू रेज करते हैं चाहे लॉन्ग टर्म से हो चाहे शॉर्ट टर्म से हो, इस चीज का फर्क भी फाइनेंशियल मैनेजमेंट के डिसीजन पे से पड़ता है. देखो देखते हैं इन फाइनेंशियल मैनेजमेंट डिसीजन इट इज ऑल्सो डिसाइडेड हाउ मच अमाउंट इज टू बी रेज थ्रू लॉन्ग टर्म एज वेल एज शॉर्ट टर्म फाइनेंस. अब इस लाइन में ये लिखा है कि जब हम फाइनेंशियल मैनेजमेंट का डिसीजन लेते हैं, फाइनेंसिंग डिसीजन लेते हैं, तो उसमें ये डिसाइड किया जाता है तो कितना पैसा लॉन्ग टर्म से रेज करना है, कितना पैसा शॉर्ट टर्म के थ्रू रेज करना है. एग्जांपल देखते हैं, इसके बारे में कुछ पढ़ते हैं कैसे डिसाइड होते हैं. अगर कोई भी ऑर्गेनाइजेशन वांट्स टू रिमेन लिक्विड, अगर वो चाहती है कि लिक्विडिटी बनी रहे यानी थोड़ा बहुत पैसा बना रहे उसकी ऑर्गेनाइजेशन में, देन इट शुड रेज फाइनेंस थ्रू लॉन्ग टर्म. देन उसे लॉन्ग टर्म के थ्रू पैसा रेज करना चाहिए, क्योंकि शॉर्ट टर्म से पैसा रेज करेगी अगर वो तो लिक्विडिटी नहीं रहेगी, क्योंकि उसको फटाफट से पैसा वापस भी तो करना होगा ना. लॉन्ग टर्म में तो बहुत लंबे समय में जाके पैसा रिटर्न करना होता है, लेकिन अगर लॉन्ग टर्म के थ्रू पैसा रेज करते हैं तो एक दिक्कत होती है, इट विल डिक्रीज प्रॉफिटेबिलिटी. ये प्रॉफिटेबिलिटी को कम कर देता है. इसका एक छोटा सा रीजन है क्योंकि वी हैव टू पे मोर इंटरेस्ट ऑन लॉन्ग टर्म डेट्स, क्योंकि हमें लॉन्ग टर्म डेट्स पे इंटरेस्ट ज्यादा पे करना पड़ता है. तो अगर हम ज्यादा खर्चे करेंगे तो ऑब्वियसली बात है प्रॉफिट तो कम हो गई, है ना. तो बहुत सारी चीजें देखनी पड़ती हैं. आगे बढ़ते हैं नेक्स्ट पॉइंट अपना. नेक्स्ट पॉइंट अपना फिक्सिंग डेट इक्विटी रेशियो इन कैपिटल. अभी डेट इक्विटी रेशियो भी डिसाइड होती है फाइनेंशियल मैनेजमेंट डिसीजन में. डेट इक्विटी रेशियो से इधर मतलब है कितना पैसा डेट के थ्रू रेज किया जा रहा है, कितना पैसा इक्विटी के थ्रू रेज किया जा रहा है, ठीक है. इन फाइनेंसिंग डिसीजन इट इज डिसाइडेड दैट हाउ मच कैपिटल इज टू बी रेज थ्रू डेट, इक्विटी शेयर कैपिटल, प्रेफरेंस शेयर कैपिटल. सेम वही बात है कि फाइनेंशियल मैनेजमेंट में एक डिसीजन होता है जिसका नाम है फाइनेंसिंग डिसीजन, और इस डिसीजन में डिसाइड किया जाता है कि कितना पैसा डेट, इक्विटी शेयर कैपिटल, प्रेफरेंस शेयर कैपिटल के थ्रू रेज किया जाता है. डेट का मतलब होता है कि जब हम जैसे लोन वगैरह ले लिया, ठीक है, बाहर से पैसा बोरो कर लिया, तो वो डेट्स में आता है. इक्विटी में आता है जैसे शेयर्स इशू कर दिए, रिटेन्ड अर्निंग्स यूज कर लिए, वो सारे इक्विटी में आते हैं. हो गया क्लियर? तो फाइनेंशियल मैनेजमेंट इस तरह से हेल्प करता है कि डेट इक्विटी रेशियो जो है कितनी होगी. फिफ्थ और लास्ट पॉइंट पढ़ते अपना, ऑल द आइटम्स इन प्रॉफिट एंड लॉस अकाउंट. अभी अगर हम फाइनेंशियल मैनेजमेंट में कोई भी डिसीजन लेते हैं तो उसका फर्क किस पे पड़ता है? प्रॉफिट एंड लॉस अकाउंट में. सेम यही बात लिखी हुई है, ऑल द आइटम्स इन प्रॉफिट एंड लॉस अकाउंट आर अफेक्टेड बाय द डिसीजंस इन फाइनेंशियल मैनेजमेंट. फाइनेंशियल मैनेजमेंट में जो भी डिसीजन लेंगे उसका P&L अकाउंट के आइटम्स पे फर्क पड़ेगा. कैसे फर्क पड़ेगा? एग्जाम्पल से देखते हैं. इफ वी रेज कैपिटल थ्रू डेट, सपोज हमने यहाँ पे सोचा था कि हम डेट के थ्रू पैसा रेज करेंगे, बाहर से लोन वगैरह उठाएंगे, फिर क्या होगा? देन वी हैव टू पे हाई इंटरेस्ट, हमें ज्यादा इंटरेस्ट देना पड़ेगा, हमारे एक्सपेंसेस ज्यादा हो जाएंगे इसकी वजह से. अभी P&L अकाउंट में जो है एक्सपेंसेस ज्यादा हो जाएंगे तो क्या होगा? P&L अकाउंट पे इफेक्ट पड़ेगा एक्सपेंसेस होने से, हमारा प्रॉफिट या लॉस पे इफेक्ट पड़ेगा, है ना. इसी के साथ आपका ये वीडियो खत्म हुआ. थैंक्स फॉर वॉचिंग दिस वीडियो, प्लीज लाइक शेयर एंड सब्सक्राइब.